ਸਥਾਨਕ ਰਾਮ ਭਵਨ 'ਚ ਇਨਕਮ ਟੈਕਸ ਵਿਭਾਗ ਰੂਪਨਗਰ ਵੱਲੋਂ ਵਪਾਰ ਮੰਡਲ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੰਬੰਧੀ ਵਪਾਰ ਮੰਡਲ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਪਵਨ ਕੁਮਾਰ ਦਾਨੀਆ ਨੇ ਦੱਸਿਆ ਕਿ ਇਸ ਮੌਕੇ ਵਪਾਰੀ ਨੂੰ ਇਨਕਮ ਟੈਕਸ ਰਿਟਰਨ ਭਰਨ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ITO ਰੂਪਨਗਰ ਦਲਵਿੰਦਰ ਕੌਰ ਅਤੇ ਸੀਮਾ ਸੂਦ ਨੇ ਵਪਾਰੀ ਨੂੰ ਇਨਕਮ ਟੈਕਸ ਰਿਟਰਨਾਂ ਈ ਫਾਈਲ ਕਰਨ ਸੰਬੰਧੀ ਜਾਗਰੂਕ ਕਰਦਿਆਂ ਰਿਟਰਨ ਭਰਨ ਦੀ ਜਾਣਕਾਰੀ ਦਿੱਤੀ। ਇਸ ਮੌਕੇ ਇਨਕਮ ਟੈਕਸ ਇੰਸਪੈਕਟਰ ਜਸਵੰਤ ਸਿੰਘ ਅਤੇ ਜਸਵਿੰਦਰ ਸਿੰਘ ਚੋਪੜਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅਖੀਰ ਵਿੱਚ ਵਪਾਰ ਮੰਡਲ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਪਵਨ ਦਾਨੀ ਨੇ ਆਏ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਵਪਾਰੀ ਭਰਾਵਾਂ ਨੂੰ ਆਪਣੀ ਰਿਟਰਨਾਂ ਸਮੇਂ ਸਿਰ ਭਰਨ ਦੀ ਅਪੀਲ ਕੀਤੀ। ਅੱਜ ਅਸੀਂ ਇੱਥੇ ਮੌਜੂਦਾ 'ਚ ਰਾਮ ਭਵਨ 'ਚ ਆਪਣਾ ਇੱਕ ਜਾਗਰੂਕ ਕੈਂਪ ਔਰਗੇਨਾਈਜ਼ ਕੀਤਾ, ਕਰਦਾਤਾ ਸਹਿਯੋਗ ਜਾਗਰੂਕ ਕੈਂਪ। ਇਹਦੇ ਥਰੂ ਅਸੀਂ ਲੋਕਾਂ ਨੂੰ ਇਹੀ ਦੱਸਿਆ ਕਿ ਵੱਧ ਤੋਂ ਵੱਧ ਲੋਕਾਂ ਨੇ ਰਿਟਰਨਾਂ ਈ ਫਾਈਲਿੰਗ ਕਰਨੀਆਂ ਨੇ, ਔਨਲਾਈਨ ਰਿਟਰਨ ਭਰਨੀ ਹੈ। ਤੋ ਮੈਨੂਅਲ ਰਿਟਰਨ ਮਤ ਭਰੇ, ਕਿਉਂਕਿ ਮੈਨੂਅਲ ਰਿਟਰਨ ਮੈਂ ਕੋਈ ਗਲਤੀ ਹੋ ਸਕਦੀ ਹੈ ਤਾਂ ਔਫਿਸ ਮੈਂ ਜਾ ਕੇ ਫਿਰ ਵਾਰ ਵਾਰ ਚੱਕਰ ਲਗਾਉਣੇ ਪੜੇਗੇ। ਉਸਸੇ ਅੱਛਾ ਹੈ ਆਪ ਆਪਣੀ ਔਨਲਾਈਨ ਰਿਟਰਨ ਭਰੇ। ਜੈਸੇ ਜੋ ਵੀ ਵਪਾਰੀ ਹੈ ਆਪਣੀ ਜਿਸ ਵੀ ਸਰੋਤ ਸੇ ਉਨਕੀ ਇਨਕਮ ਹੈ ਉਸਕੋ ਆਪਣੀ ਉਸਮੇ ਅੱਛੇ ਸੇ ਇਨਕਮ ਕੋ ਦਿਖਾਏ, ਆਪਣੇ ਟੈਕਸ ਭਰੇ, ਈ ਫਾਈਲਿੰਗ ਸੇ ਈ ਪੋਰਟਲ ਪਰ ਹੀ ਈ ਡਿਪੋਜ਼ਿਟ ਸੇ ਹੀ ਉਨਕੇ ਟੈਕਸ ਜਮ੍ਹਾਂ ਹੋ ਜਾਏਗੇ। ਉਨਕੋ ਕਹੀਂ ਜਾਣੇ ਕੀ ਜ਼ਰੂਰਤ ਨਹੀਂ ਹੈ, ਉਨਕਾ ਟਾਈਮ ਬਚੇਗਾ। ਔਰ ਜ਼ਿਆਦਾ ਸੇ ਜ਼ਿਆਦਾ ਲੋਕੋ ਕੇ ਪਾਸ ਹਮਾਰੀ ਯਹੀ ਅਪੀਲ ਹੈ ਕਿ ਵੋ ਆਪਣੇ ਰਿਟਰਨ ਦੇ ਇਨਕਮ ਟੈਕਸ ਕੇ ਰਿਟਰਨ ਦੇ ITR ਸਭਨੇ ਔਨਲਾਈਨ ਭਰੇ। ਮੈਮ ਜਿਹੜੇ ਲੋਕਲ ਜਣੀ ਹੈ ਜੀ, ਕੋਈ ਵੀ ਬੰਦਾ ਭਰਦਾ ਰਿਟਰਨ ਭਰਦਾ ਜੀ, ਕਿਹੜੀ ਸਾਈਟ ਤੇ ਜਾ ਕੇ ਭਰੇ ਰਿਟਰਨ? ਆਪਣੇ ਸਾਈਟ ਤੇ indiafiling.com ਇਹ ਸਾਈਟ ਹੈ ਹਮਾਰੀ। ਉਹਦੇ ਵਿੱਚ ਕੀ ਕੀ ਪਾਉਣਾ ਚਾਹੀਦਾ ਜੇ ਵਪਾਰੀ ਜਾਣੇ ਨੋਰਮਲ ਇੱਕ ਪਹਿਲਾਂ ਤਾਂ ਉਹਨਾਂ ਨੂੰ ਰਜਿਸਟਰ ਕਰਨਾ ਪੈਣਾ ਹੈ ਇਨਕਮ ਟੈਕਸ ਨਾਲ। ਉਹਨਾਂ ਨੂੰ ਰਜਿਸਟਰ ਕਰਨ ਆਪਣਾ ਰਜਿਸਟਰ ਕਰਨ ਤੋਂ ਬਾਅਦ ਆਪਣਾ ਈ ਫਾਈਲਿੰਗ ਪੋਰਟਲ 'ਤੇ ਜਾਣ ਔਰ ਆਪਣੇ ਪੈਨ ਦੇ ਥਰੂ ਆਪਣੇ ਸਾਈਟ ਪੋਰਟਲ ਜੋ ਉਹਨਾਂ ਨੂੰ ਜੇ ਇੰਡੀਵਿਜੁਅਲ ਸਟੇਟਸ ਹੈ ਉਹਨਾਂ ਦਾ ਅਤੇ ITR 1 ਭਰਨ। ਜਿਸ ਤਰ੍ਹਾਂ ਉਹਨਾਂ ਦੀਆਂ ਇਨਕਮ ਔਰ ਉਹਨਾਂ ਦਾ ਸਟੇਟਸ ਚੇਂਜ ਹੁੰਦੇ ਜਾਂਦੇ ਨੇ ਅੱਗੇ ਅੱਗੇ ਪੋਰਟਲ 'ਤੇ ਉਹਨਾਂ ਦੀਆਂ ਡਿਫਰੈਂਟ ITR ਆਈ ਜਾਂਦੀਆਂ, ITR 1, ITR 2, 3, 4, 4S, 5, 6, and 7। ਲਾਸਟ 7 ਟਰੱਸਟ ਕੇ ਲੀ ਹੈ, ਬੀਚ ਮੇਂ ਬਿਜ਼ਨਸ ਔਰ ਪ੍ਰੋਫੈਸ਼ਨ ਕੇ ਲੀ ਹੈ। ਉਹ ਜੈਸੇ ਅਸੀਂ ਖੋਲ੍ਹੇਂਗੇ ਉਹਨੂੰ ਔਨਲਾਈਨ ਸਭ ਕੁਛ ਦਿਖੇਗਾ, ਐਵਰੀਥਿੰਗ ਇਜ਼ ਅਵੇਲੇਬਲ ਔਨ ਪੋਰਟਲ, ਇਹ ਫਾਈਲਿੰਗ ਪੋਰਟਲ। ਤੋ ਕੋਈ ਦਿੱਕਤ ਆਉਣ ਵਾਲੀ ਬਾਤ ਨਹੀਂ ਹੈ। ਅੱਜ ਕੱਲ੍ਹ ਸਭ ਕੋਈ ਕੇ ਪਾਸ ਨੈੱਟ ਹੈ ਔਰ ਨੈੱਟ ਆਪਣਾ ਚਲਾਓ ਔਰ ਆਪਣੀ ਈ ਫਾਈਲਿੰਗ ਕਰੋ। ਮੈਂ ਪਵਨ ਕੁਮਾਰ ਦਾਨੀਆ, ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ, ਦੱਸਣਾ ਚਾਹੁੰਦਾ ਹੈ ਕਿ ਅੱਜ ਜਿਹੜਾ ਰਾਮ ਭਵਨ ਵਿੱਚ ਕੈਂਪ ਲੱਗਿਆ ਇਨਕਮ ਟੈਕਸ ਦਾ, ਉਹ ਅਵੇਅਰਨੈਸ ਕੈਂਪ ਲੱਗਿਆ। ਵਪਾਰੀਆਂ ਨੂੰ ਅਵੇਅਰ ਕਰਨਾ ਹੈ, ਜਾਗਰੂਕ ਕਰਨਾ ਹੈ ਕਿ ਤੁਸੀਂ ਆਪਣੀ ਟਾਈਮ 'ਤੇ ਰਿਟਰਨ ਭਰੋ ਅਤੇ ਕੋਈ ਡਿਫੀਕਲਟੀ ਆਉਂਦੀ ਹੈ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਜਾ ਕੇ ਉੱਥੇ ਗੱਲਬਾਤ ਕਰ ਸਕਦੇ ਹੈ। ਈ ਫਾਈਲਿੰਗ ਤਾਂ ਬਹੁਤ ਜ਼ਰੂਰਤ ਹੈ, ਘਰ ਬੈਠੇ ਕਰ ਸਕਦੇ, ਕਿਸੇ ਦੀ ਜ਼ਰੂਰਤ ਨਹੀਂ ਹੈ ਵਿੱਚ ਪੈਣ ਦੀ। ਅਤੇ ਆਪਣਾ ਜੋ ਵੀ ਤੁਹਾਨੂੰ ਮੁਸੀਬਤ ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਡਿਸਕਸ ਕਰ ਸਕਦੇ ਆਪਣੇ ਅਫਸਰਾਂ ਦਾ, ਇਨਕਮ ਟੈਕਸ ਟੀਮ ਦਾ, ਜਿਹੜੇ ਰੋਪੜ ਤੋਂ ਆ ਕੇ ਜਿਹਨਾਂ ਨੇ ਸਭ ਕੁਛ ਸਾਨੂੰ ਦੱਸਿਆ ਅਤੇ ਸਾਡਾ ਬਾਣੀ ਦਾ ਹੌਸਲਾ ਅਫਜ਼ਾਈ ਕੀਤੀ ਹੈ। ਧੰਨਵਾਦ ਜੀ।